ਨਮਸਤੇ ਤੇਉਣ ਬੇਲ ਆਇ ਗਿਆ ਅੱਜ ਦੇ ਡੋਗਰੀ ਦੇ ਕਰੋਨਾ ਵਾਇਰਸ ਦੇ ਲੇਖੇ ਜੋਖੇ ਦਾ ਮੇਰੇ ਜਿੰਨੇ ਵੀ ਦਰਸ਼ਕ ਹਨ ਇੱਕ ਤੇ ਠੰਡੂ ਦਾ ਮੌਸਮ ਸ਼ੁਰੂ ਹੋਈ ਗਿਆ ਦਾ ਬਗੈਰ ਜੈਕਟ ਦੇ ਬਾਹਰ ਨਹੀਂ ਨਿਕਲਿਓ ਅਗਰ ਸਵੈਟਰ ਵੀ ਮੋਟਾ ਪਾਇਆ ਦਾ ਤੇ ਬੜੀ ਚੰਗੀ ਗੱਲ ਹੈ ਕਿਉਂਕਿ ਅੱਜ ਕਾ ਸਵੇਰੇ ਦੇ ਟਾਈਮ ਤੇ ਜਿਹੜਾ ਸ਼ਾਮੀ ਦਾ ਬਿਲ ਹੁੰਦਾ ਬੜੀ ਕੇ ਜਿਆਦਾ ਠੰਡ ਪਵਾਦੀ ਹੈ ਤੇ ਆਪਣਾ ਧਿਆਨ ਰੱਖੋ ਓਨ ਅਸ ਸ਼ੁਰੂ ਕਰਨੇ ਆ ਅੱਜ ਦਾ ਡੋਗਰੀ ਦਾ ਕਰੋਨਾ ਵਾਇਰਸ ਦਾ ਜਿਹੜਾ ਲੇਖਾ ਜੋਖਾ ਹੈ ਅੱਜ 16 ਦਸੰਬਰ ਹੈ ਤੇ ਅੱਜ ਜਿਹੜੇ ਟੋਟਲ ਕੇਸ ਆਏ ਉਹਦਾ ਨੰਬਰ ਹੈ 332 ਉਹਦੇ ਥਮਾ ਜੰਮੂ ਦੇ ਜਿਹੜੇ ਕੇਸ ਆਏ ਉਹਨ 181 ਤੇ ਕਸ਼ਮੀਰ ਦੇ 151 ਟੋਟਲ ਜਿਹੜੇ ਲੋਕ ਅੱਜ ਠੀਕ ਹੋਈ ਆਪਣੇ ਆਪਣੇ ਘਰ ਗਏ ਉਹਦਾ ਨੰਬਰ ਹੈ 415 ਤੇ ਉਹਦੇ ਥਮਾ ਜੰਮੂ ਦੇ 230 ਤੇ ਕਸ਼ਮੀਰ ਦੇਨ ਲਗਭਗ 176 ਦੁੱਖ ਦੀ ਗੱਲ ਇਹ ਵੀ ਹੈ ਕਿ ਅੱਜ ਵੀ ਜਿਹੜੇ ਲੋਕਿਆਂ ਦਾ ਕਾਲ ਹੋਆ ਹੁੰਦੇ ਥਮਾ ਜਿਹੜੇ ਟੋਟਲ ਲੋਗਨ ਉਹਨਾਂ 5 ਤੇ 4 ਹੁੰਦੇ ਥਮਾ ਜੰਮੂ ਦੇ ਨੇ ਤੇ 1 ਕਸ਼ਮੀਰ ਦਾ ਇਹ ਬੜਾ ਅਗੇ ਦੁੱਖਤ ਸਮਾਚਾਰ ਹੈ 5 ਲੋਕ ਅੱਜ ਇੱਕ ਵਾਰ ਪਰਤੀਏ ਕਰੋਨਾ ਵਾਇਰਸ ਕਾਰਨ ਕਾਰਨ ਜਿਹੜਾ ਹੁੰਦਾ ਕਾਲ ਹੋ ਹੀ ਗਿਆ ਉਹਨ ਟੋਟਲ ਕੇਸਿਸ ਦੀ ਗੱਲ ਕਰਨੇ ਆ ਜੰਮੂ ਦੇ ਟੋਟਲ ਕੇਸਿਸ ਹਨ 2060 ਕਸ਼ਮੀਰ ਦੇ 2286 ਤੇ ਟੋਟਲ ਕੇਸਿਸ ਹਨ 4346 ਇਹ ਟੋਟਲ ਕੇਸਿਸ ਹਨ ਤੇ ਉਹਨਾਂ ਜਿਹੜੇ ਸਾਡੇ ਦੋਨੋਂ ਪ੍ਰੋਵਿੰਸ ਯਾਨੀ ਕਿ ਜੰਮੂ ਤੇ ਕਸ਼ਮੀਰ ਉੰਦੇ ਡਿਸਟ੍ਰਿਕਟ ਵਾਈਜ਼ ਜਿਹੜੇ ਕੇਸ ਆਏ ਉਹਦੀ ਗੱਲ ਕਰਨੇ ਆ ਪਹਿਲੇ ਗੱਲ ਕਰਨੇ ਆ ਜਿਹੜਾ ਜੰਮੂ ਡਿਵੀਜ਼ਨ ਹੈ ਜੰਮੂ ਡਿਵੀਜ਼ਨ ਦੀ ਗੱਲ ਕਰਨੇ ਆ ਪਹਿਲੇ ਜੰਮੂ ਡਿਸਟ੍ਰਿਕਟ ਦੀ ਅੱਜ 96 ਕੇਸ ਆਏ ਅੱਜ ਉਦਮਪੁਰ ਦੇ ਕੇਸ ਆਏ 14 ਰਜੋਰੀ ਦੇ ਆਏ 12 ਡੋਡਾ ਦੇ ਆਏ 12 ਕੇਸ ਤੇ ਕਠੂਆ ਦੇ ਆਏ 14 ਕਿਸ਼ਤਵਾੜ ਦੇ ਆਏ 8 ਕੇਸ 11 ਕੇਸ ਆਏ ਸੰਬਾਦੇ 2 ਕੇਸ ਆਏ ਪੁੰਛ ਦੇ 7 ਕੇਸ ਆਏ ਰਾਮਬੰਦ ਦੇ ਤੇ 5 ਕੇਸ ਆਏ ਰਿਆਸੀ ਦੇ ਆਉਣ ਚੱਲੇ ਆ ਕਸ਼ਮੀਰ ਵਾਲੀ ਵਖੀ ਸ਼੍ਰੀਨਗਰ ਦੇ ਲਗਭਗ ਕੇਸ ਆਇਆ ਜਬੁੰਗਾ ਬਾਰਾਮੂਲਾ ਦੇ 19 ਬੜਗਾਮ ਦੇ ਵੀ 19 ਕਪਵਾਰਾ ਦੇ 13 ਕੇਸ ਆਏ 12 ਕੇਸ ਆਏ ਪੁਲਵਾਮਾ ਦੇ ਤੇ 15 ਕੇਸ ਆਏ ਅਨੰਤਨਾਗ ਦੇ 9 ਕੇਸ ਆਏ ਬਾਂਡੀਪੋਰਾ ਦੇ ਗੰਦਰਬਲ ਦੇ 10 ਕੇਸ ਆਏ ਕੁਲਗਾਮ ਦਾ ਅੱਜ ਕੋਈ ਕੇਸ ਨਹੀਂ ਆਇਆ ਤੇ ਸ਼ਪਈਆਂ ਦਾ ਅੱਜ ਇੱਕ ਕੇਸ ਆਇਆ ਇਹ ਡਿਸਟ੍ਰਿਕਟ ਵਾਈਜ਼ ਅੱਜ ਦੇ ਜਿਹੜੇ ਕੋਰੋਨਾ ਵਾਇਰਸ ਦੇ 90 ਮਾਮਲੇ ਸਾਹਮਣੇ ਆਏ ਨਾ ਹੁੰਦਾ ਹੁੰਦੀ ਡਿਟੇਲ ਹੀ ਤੇ ਰੋਜ਼ ਵਾਲੇ ਲੇਖਾ ਅੱਜ ਵੀ ਕਿਸੇ ਇੰਪੋਰਟੈਂਟ ਮੁੱਦੇ ਉੱਪਰ ਗੱਲ ਕਰਗੇ ਔਰ ਇਹ ਇੰਪੋਰਟੈਂਟ ਮੁੱਦਾ ਸਾਡੇ ਲੋਕਾਂ ਕੰਨੇ ਜੁੜੇਦਾ ਜੰਮੂ ਤੇ ਕਸ਼ਮੀਰ ਦੇ ਉਹ ਕਿਸ ਚਾਲੀ ਜੁੜੇਦਾ ਮੈਂ ਦੱਸਣਾ ਮੇਰੇ ਪਿੱਛੇ ਵੀ ਤੁਸੀਂ ਦੇਖਾ ਦਿਓ ਗੱਡੀਆਂ ਦੀ ਮੂਵਮੈਂਟ ਨਜ਼ਰ ਆਦੀ ਹੈ ਤੇ ਮੇਰੇ ਸਾਹਮਣੇ ਵੀ ਗੱਡੀਆਂ ਚਲਾ ਦੀਆਂ ਚਾਹੇ ਉਹ ਟੂ ਵੀਲਰ ਹੈ ਚਾਹੇ ਉਹ ਫੋਰ ਵੀਲਰ ਹੈ ਚਾਹੇ ਨਿੱਕੀ ਗੱਡੀ ਹੈ ਚਾਹੇ ਵੱਡੀ ਗੱਡੀ ਹੈ ਤੁਸੀਂ ਜਾਣਦੇ ਹੋ ਥੋੜੇ ਦਿਨ ਪਹਿਲੇ ਜਿਹੜਾ ਮੋਟਰ ਵਹੀਕਲ ਡਿਪਾਰਟਮੈਂਟ ਹੈ ਉਹਦੇ ਪਾਸਿਆਂ ਇੱਕ ਆਰਡਰ ਆਇਆ ਕਿ ਕੀ ਜੇ ਕਾਫੀ ਦੇਰ ਦਾ ਲੋਕਿਆਂ ਦੇ ਦਿਮਾਗ 'ਚ ਇੱਕ ਪਰੇਸ਼ਾਨੀ ਬਣੀ ਦੀ ਕਿ ਜਿਹੜੇ ਸਾਡੇ ਗੱਡੀਆਂਾਂ ਸਾੜੀਆਂ ਉੰਧੀਆਂ ਅਗਰ ਲਾਈਫ 15 ਸਾਲ ਦੇ ਬਾਅਦ ਤੁਸੀਂ ਖਤਮ ਕਰਾ ਦਿਓ ਜਾਂ ਫਿਰ ਉਹਦੀ ਐਕਸਟੈਂਡ ਕਰਾ ਦਿਓ ਯਾਨੀ ਕਿ ਜਿਹੜੀ ਵੀ ਗੱਡੀ ਦੀ ਆਰਸੀ ਦੀ ਉਮਰ 15 ਸਾਲ ਹੋਈ ਗਈ ਦੀ ਹੈ ਕਿ ਆ ਉਹ ਗੱਡੀ ਸੜਕ ਉੱਪਰ ਚੱਲ ਸਕਦੀ ਹੈ ਜਾਂ ਫਿਰ ਉਹ ਸੜਕ ਉੱਪਰ ਨਹੀਂ ਚੱਲੀ ਸਕਦੀ ਇਹਦੇ ਉੱਪਰ ਬੜਾ ਇੱਕ ਸਵਾਲੀਆ ਨਿਸ਼ਾਨ ਹੀ ਲੋਕ ਪਰੇਸ਼ਾਨ ਨੇ ਜਿੰਦੀ ਗੱਡੀਆਂ ਦੀ ਉਮਰ ਖਤਮ ਹੋਈ ਗਈ ਦੀ ਹੈ ਤੇ ਪਿਛਲੇ ਸਾਲ ਅਗਸਤ ਸਤੰਬਰ ਦੇ ਇਹ ਚਰਚਾ ਚਲਾ ਲਈ ਕਿ ਉਹਨਕੇ ਹੁਣਾ ਗੱਡੀਆਂ ਦਾ ਤੇ ਹੁਣ ਆਈ ਜਾਈਏ ਅ ਪਿਛਲੇ ਕੋਈ 10 15 ਦਿਨੇ ਪਹਿਲੇ ਡਿਪਾਰਟਮੈਂਟ ਪਾਸਿਆਂ ਇਹ ਗਲਾਇਆ ਗਿਆ ਕਿ ਉਹਨ 5 ਸਾਲ ਉਮਰ ਜਿਹੜੀ ਗੱਡੀਆਂ ਦੀ ਉਹ ਵਧਿ ਜਾਣੀ ਹੈ ਤੇ ਉਹਦੇ ਬਾਅਦ ਪਰਤੀਏ 5 ਸਾਲ ਵਧਿ ਜਾਗ ਯਾਨੀ ਕਿ 15 ਸਾਲ ਦੀ ਜਿਹੜੀ ਉਮਰ ਹੀ ਉਹ 25 ਸਾਲ ਤੱਕ ਕੀਤੀ ਦੀ ਹੈ ਲੇਕਿਨ ਮੈਂ ਪਹਿਲੇ 5 ਸਾਲ ਦੀ ਗੱਲ ਕਰਗਾ ਜੋ ਇਸ ਲਈ ਸਾਡੇ ਕੋਲ ਆਫੀਸ਼ੀਅਲ ਰਿਕਾਰਡ ਹੈ ਉਹਦੇ ਬਾਅਦ ਕੀ ਹੁੰਦਾ ਹੈ ਉਹਤੇ ਸਰਕਾਰਗੇ ਜਾਣੇ ਜਾਂ ਮੋਟਰ ਵਹੀਕਲ ਡਿਪਾਰਟਮੈਂਟ ਜਾਣੇ ਲੇਕਿਨ ਇਸਲੇ ਵੱਡੀ ਗੱਲ ਹੈ ਕਿ 5 ਸਾਲ ਉਮਰ ਜਿਹੜੀ 15 ਸਾਲ ਜਿੰਨ ਗੱਡੀਆਂ ਦੀ ਆਰਸੀ ਦੀ ਉਮਰ ਹੋਈ ਗਈਦੀ ਹੈ ਉਹ 5 ਸਾਲ ਬਦਨੀ ਆਉਣ ਇਹ ਬੜਾ ਅੱਛੀ ਗੱਲ ਹੈ ਇਹ ਬੜਾ ਗੇ ਅੱਛਾ ਸਟੈਪ ਹੈ ਲੇਕਿਨ ਡਿਪਾਰਟਮੈਂਟ ਨੇ ਇੱਕ ਇਹਦੇ ਵਿੱਚ ਛੋਟੀ ਜੀ ਚੋਰੀ ਵੀ ਕੀਤੀ ਹੈ ਉਹ ਕਿਹ ਚੋਰੀ ਕੀਤੀ ਹੈ ਕਿਉਂਕਿ ਲੋਕ ਬੜੇ ਇਸ ਚੀਜ਼ ਉੱਪਰ ਸੋਚਾ ਰਹੇ ਕਿ ਉਹਨਾਂ ਅਗਰ ਖੁਸ਼ੀਤ ਖੁਸ਼ਤੇ ਹੋਏ ਕਿ ਬੜ ਵੱਧ ਗਈ ਬੜ ਗਈ 5 ਸਾਲ ਵੱਧ ਗਈ ਉਮਰ ਲੇਕਿਨ ਇਹਦੇ ਵਿੱਚ ਕੇ ਜਿਹੜੇ ਲੋਕਾਂ ਦੀ ਗੱਡੀਆਂ ਦੀ ਉਮਰ ਡਿਊ ਹੀ ਯਾਨੀ ਕਿ ਕਈਆਂ ਸੇ ਲੋਕ ਹੈਨ ਜਿੰਦੀ ਗੱਡੀਆਂ ਦੀ ਉਮਰ ਅਗਸਤ ਸਤੰਬਰ ਨਵੰਬਰ ਦਸੰਬਰ 2019 ਹੀ ਖਤਮ ਹੈ ਤੇ ਕੇ ਉੰਦੇ ਉੱਪਰ ਲੇਟ ਫੀਸ ਜਾਂ ਫਿਰ ਉੰਦੇ ਉੱਪਰ ਚਾਰਜੇਸ ਲੱਗਣਗੇ ਇਹ ਲੋਕੇ ਕੀ ਨਹੀਂ ਦੱਸਿਆ ਸਰਕਾਰ ਨੇ ਉਸ ਆਰਡਰ ਉੱਪਰ ਬਿਲਕੁਲ ਨਹੀਂ ਲਿਖਿਆ ਦਾ ਹੀ ਤੇ ਹੁਣ ਅੱਜ ਜਿਹੜੇ ਲੋਕ ਜਾਦੇ ਨੇ ਆਰਟੀਓ ਦਫਤਰ ਆਪਣੀ ਗੱਡੀ ਦੀ ਉਮਰ ਵਧਾਣ ਲਈ ਉਹਨੇ ਕੀ ਆਖਿਆ ਜਾਦਾ ਹੈ ਕਿ ਤੁਸ 1 ਮਹੀਨੇ ਦੇ 500 ਰੁਪਏ ਫੀਸ ਦੇਗੇ ਯਾਨੀ ਕਿ ਅਗਰ ਕਿਸੇ ਸ਼ਖਸ ਦੀ ਗੱਡੀ ਦੀ ਉਮਰ ਜਨਵਰੀ 2020 ਯਾਨੀ ਕਿ ਇਸੀ ਇਸੀ ਸਾਲ ਦੇ ਪਹਿਲੇ ਮਹੀਨੇ ਦੀ ਖਤਮ ਹੈ ਤੇ ਉਹ ਪਹਿਲੇ ਮਹੀਨੇ ਥਮਾ ਲਈਏ ਇਸ ਇਸ ਸਾਲ ਦੇ ਦਸੰਬਰ ਤੋੜੀ ਯਾਨੀ ਕਿ ਅੱਜ ਤੋੜੀ 12 ਮਹੀਨੇ ਦੀ ਲੇਟ ਫੀਸ ਦੇਗ ਯਾਨੀ ਕਿ ਬਣੀ ਕਿੰਨੀ ਫੀਸ 6000 ਰੁਪਏ 500 ਰੁਪਿਆ ਪਰ ਮਹੀਨੇ ਇਹ ਤੇ ਅਗਰ ਡਾਇਰੈਕਟ ਗੱਲਬਾਤ ਹੋਈ ਗਈ ਅਗਰ ਤੇ ਕੋਈ ਏਜੰਟ ਵਿਚ ਪਈ ਗਿਆ ਤੇ ਉਹ 500 ਦੇ ਵੀ 700 800 ਰੁਪਿਆ ਤੇ ਲਏਗਾ ਹਰ ਮਹੀਨੇ ਦੀ ਉਹ ਵੀ ਤੁਸੀਂ ਜਾਣਦੇ ਹੋਗੀ ਇਹ ਸਿਸਟਮ ਤੇ ਖਤਮ ਹੋਈ ਨਹੀਂ ਸਕਦਾ ਕ腐ਸ਼ਨ ਦਾ ਕਿਉਂਕਿ ਲੋਕ ਵੀ ਕ腐ਸ਼ਨ ਕੀ ਬਦਾਵਾ ਦਿੰਦੇ ਨੇ ਤੇ ਬਾਕੀ ਡਿਪਾਰਟਮੈਂਟ ਚ ਤੇ ਇਸ ਤਰ੍ਹਾਂ ਦੇ ਕ腐ਸ਼ਨ ਕਰਨ ਵਾਲੇ ਏਜੰਟ ਤੇ ਬੈਠੇ ਦੇਗੇ ਹੁੰਦੇ ਲੋਕ ਵੀ ਸੋਚਦੇ ਚਲੋ ਜੀ ਜਲਦੀ ਜਲਦੀ ਕੰਮ ਹੋਈ ਐ ਏਜੰਟ ਨੂੰ ਦੇ ਕੇ ਪੈਸੇ ਚਲੋ ਜੀ ਆਪਣਾ ਨਿਪਟਾਰਾ ਕਰਾ ਗੇ ਲੇਕਿਨ ਉਸੇ ਵਿੱਚ ਉਹ ਲੋਗ ਕ腐ਸ਼ਨ ਕੀ ਬਦਾਵਾ ਦੇ ਜਾਂਦੇ ਜਿਹਦੇ ਲਈ ਜ਼ਿੰਮੇਦਾਰ ਆਮ ਆਮ ਇਨਸਾਨ ਆਪੇ ਗਿਆ ਚਲੋ ਉਹਦੀ ਗੱਲ ਨਹੀਂ ਅਸੀਂ ਕਰਗੇ ਕ腐ਸ਼ਨ ਦੀ ਕਿਸੇ ਹੋਰ ਦਿਨ ਗੱਲ ਕਰਗੇ ਲੇਕਿਨ ਅੱਜ ਜਿਹੜਾ ਇੰਪੋਰਟੈਂਟ ਟਾਪਿਕ ਇਹ ਹੈ ਕਿ ਭਈ ਲੋਕੇ ਕੋਲੋਂ 5-500 ਰੁਪਿਆ ਪਰ ਮਹੀਨੇ ਤੁਸ ਲੇਟ ਫੀਸ ਕੈਲੀ ਲੈ ਦਿਓ ਕੀ ਕਾਰਨ ਹੈ ਆਲਰੇਡੀ ਤੁਸ ਆਖਾ ਦਿਓ ਕੋਰੋਨਾ ਵਾਇਰਸ ਹੈ ਲੋਕੇ ਕੋਲ ਉਹਦਾ ਕੰਮਕਾਜ ਨਹੀਂ ਹੈ ਪ੍ਰਾਈਵੇਟ ਜਿਹੜੇ ਲੋਕ ਕੰਮ ਕਰਦੇ ਆ ਕਈ ਐਸੇ ਸਮਝਦਾਰ ਲੋਕ ਆ ਨੁੰਦੇ ਮਾਲਕ ਉਹਨੇ ਕੀ ਨੌਕਰੀਆਂ ਚੋਂ ਕੱਢਿਆ ਠੇ ਦੇਣਾ ਤੇ ਲੋਕ ਆਲਰੇਡੀ ਉਹਦੇ ਲਾਲੇ ਪੇ ਦੇਣ ਕੋਈ ਘਰ ਦਾ ਕਿਰਾਇਆ ਦੇਣਾ ਕਿਸੇ ਨੇ ਕਿਸੇ ਨੇ ਆਪਣੇ ਬੱਚਿਆਂ ਦੀ ਫੀਸਾਂ ਦੇਣੀਆਂ ਹਨ ਉਹ ਸਕੂਲ ਡਿਪਾਰਟਮੈਂਟ ਦੀ ਵੀ ਗੱਲ ਕਰਕੇ ਇੱਕ ਦਿਨ ਨੁੰਦਾ ਵੀ ਬੜਾ ਅਗੇ ਸ਼ੈਲ ਕੰਮ ਹੈ ਆਖਰ ਆਖਰ ਤੇ ਆਨ ਕੋਈ ਫੀਸ ਨਹੀਂ ਲੇਗ ਲੇਕਿਨ ਸਾਰੇ ਪ੍ਰਾਈਵੇਟ ਸਕੂਲ ਵਾਲੇ ਖੁੱਲੀ ਫੀਸਾਂ ਕੱਟਾ ਦੇਣ ਕੋਈ ਨਹੀਂ ਛੱਡਦਾ ਫੀਸ ਕਿਸ ਨੂੰ ਕੋਈ ਫਰਕ ਨਹੀਂ ਪਿਆਦਾ ਕਿ ਭਈ ਤ ਉਸ ਐਜੂਕੇਸ਼ਨ ਡਿਪਾਰਟਮੈਂਟ ਦਾ ਆਰਡਰ ਮੰਨੋ ਨਹੀਂ ਮੰਨੋ ਧਜੀਆਂ ਉਡਾਇਆ ਕਰਦੇ ਧਜੀਆਂ ਉਹ ਵੀ ਮੈਂ ਦੱਸਗਾ ਕੱਲਿਆ ਪਰਸੋਂ ਦੇ ਉੱਪਰ ਗੱਲ ਕਰਕੇ ਬੜਾ ਇੰਪੋਰਟੈਂਟ ਟਾਪਿਕ ਹੈ ਲੇਕਿਨ ਅੱਜ ਹੀ ਗੱਲ ਕਰਾਦੇ ਆ ਇਹ ਜਿਹੜੀ ਲੇਟ ਫੀਸ ਮੋਟਰ ਵਹੀਕਲ ਡਿਪਾਰਟਮੈਂਟ ਇਕੱਠੀ ਕਰਾਦਾ ਇਹ ਕਿਸ ਗੱਲ ਦੀ ਤੁਸੀਂ ਆਲਰੇਡੀ ਕੋਰੋਨਾ ਵਾਇਰਸ ਕੰਨੇ ਅੱਜ ਸਾਡੇ ਲੋਕ ਮਰਾ ਦੇਣ ਕਿੰਨੇ ਕਿੰਨੇ ਲੋਕ ਮਰਾ ਦੇਣ ਰੋਜ਼ ਦੇ ਸੋਸੋ ਕੇਸ ਜੰਮੂ ਡਿਸਟ੍ਰਿਕਟ ਦਾ ਆਦਾ 4 ਲੋਕ ਅੱਜ ਵੀ ਜੰਮੂ ਪ੍ਰੋਵਿੰਸ ਦੇ ਮਰੀ ਗਏ ਕੱਲ ਵੀ 8-7 ਬੰਦੇ ਹੁੰਦਾ ਕਾਲ ਹੋ ਹੀ ਗਿਆ ਉਹਦੇ ਥਾ ਜੰਮੂ ਦੇ ਵੀ ਲੋਕ ਮਰੇ ਕਸ਼ਮੀਰ ਦੇ ਵੀ ਲੋਕ ਮਰਾ ਦੇਨ ਆਲਰੇਡੀ ਲੋਕ ਮਰਾ ਦੇਨ ਲੋਕੇ ਦਾ ਕੰਮ ਕਾਜ ਖਤਮ ਹੋ ਹੀ ਗਿਆ ਦਾ ਲੋਕੇ ਕੋਲ ਪੈਸੇ ਨਹੀਂ ਹਨ ਬੱਚਿਆਂ ਦੀ ਫੀਸ ਦੇਣ ਲਈ ਬੱਚਿਆਂ ਦੀ ਫੀਸ ਨਹੀਂ ਦੋ ਤੇ ਉਹ ਆਨਲਾਈਨ ਕਲਾਸਾਂ ਨਹੀਂ ਕਰਨਦੇ ਆ ਦੇ ਸਕੂਲ ਵਾਲੇ ਇੰਨਾ ਬਰڈن ਪਾਇਦਾ ਤੇ ਇੰਨਾ ਟੌਰਚਰ ਕਰਦੇ ਨੇ ਫੈਮਲੀਾਂ ਕੀ ਲੋਕ ਪਰੇਸ਼ਾਨ ਹਨ ਆਪਣੇ ਘਰਾਂ ਦਾ ਕਿਰਾਇਆ ਆਪਣੀ ਦੁਕਾਨਾਂ ਦਾ ਕਿਰਾਇਆ ਨਹੀਂ ਦੇਈ ਸਕੇ ਕਰਦੇ ਤੇ ਮੋਟਰ ਵਹੀਕਲ ਡਿਪਾਰਟਮੈਂਟ ਵਾਲੇ ਵੀ ਆਪਣੀ ਕੋਈ ਵੀ ਉਹ ਵੀ ਨਹੀਂ ਛੱਡਾ ਤੇ ਆਨ ਕਿ ਭਾਈ ਜਿੱਥੋਂ ਪੈਸਾ ਆਦਾ ਆਂਦਿਓ ਲੋਕੇ ਕੋਲੋਂ ਪੈਸਾ ਲੁੱਟੀ ਚਲੋ ਲੁੱਟੀ ਚਲੋ ਲੋਕਿਆਂ ਦਾ ਤੇ ਕੋਈ ਕਸੂਰ ਨਹੀਂ ਨਾ ਆਰਡਰ ਤੇ ਤੁਸੀਂ ਕੱਢਿਆ ਨਾ ਸਾਲ ਬਾਅਦ ਤੇ ਆਰਡਰ ਅਗਰ ਤੁਸੀਂ ਕੱਢਿਆ ਤੇ ਜ਼ਿੰਮੇਵਾਰ ਵੀ ਤੁਸੀਂ ਹੋ ਲੋਕ ਤੇ ਜ਼ਿੰਮੇਵਾਰ ਨਹੀਂ ਨਾ ਮੇਰੀ ਅਪੀਲ ਹੈ ਲੇਫਟਨੈਂਟ ਗਵਰਨਰ ਸਾਡੇ ਜਿਹੜੇ ਮਨੋਸ ਸਿਨਾਉ ਰਾਏ ਦੇ ਨਾ ਬੜਾ ਚੰਗਾ ਕੰਮ ਕਰਾ ਦੇਣ ਬੜਾ ਸ਼ੈਲ ਕੰਮ ਕਰਾ ਦੇਣ ਲੋਕੇ ਕੋਲ ਮਿਲਾ ਦੇਣ ਅਲੱਗ-ਅਲੱਗ ਡਿਪਾਰਟਮੈਂਟ ਦੇ ਕੰਮ ਦੇਖਾ ਦੇਣ ਹਸਪੀਟਲ ਦਾ ਸਾਰਾ ਜਿਹੜਾ ਸਿਸਟਮ ਚੇਂਜ ਕਰਤਾ ਮੁਬਾਰਕ ਮੰਡੀ ਵੀ ਗਏ ਕੰਮ ਵੀ ਤੇਜ਼ੀ ਉੱਪਰ ਆਖਾ ਦੇਣ ਕਿ ਚੱਲ ਗੋਨ ਉਹਦੇ ਉੱਪਰ ਵੀ ਗੱਲ ਕਰ ਗਏ ਲੇਕਿਨ ਮਨੋਸ ਸਿਨਾ ਜੀ ਇਹ ਜਿਹੜੇ ਮੋਟਰ ਵਹੀਕਲ ਡਿਪਾਰਟਮੈਂਟ ਵਾਲੇ ਲੇਟ ਫੀਸ ਲੈ ਦੇਣ ਹਰ ਮਹੀਨੇ 5-500 ਰੁਪਿਆ ਇਹਦੇ ਲਈ ਕਿਥੋਂ ਲੋਕਾਂ ਪੈਸਾ ਕਢਣਾ ਕੁਦਰੋਂ ਉਹਦੇ ਕੋਲ ਪੈਸਾ ਆਏਗਾ ਉਹ ਉਹ ਲਾਕਡਾਊਨ ਦਾ ਏ ਜਿਹੜਾ ਆਲਰੇਡੀ ਆਪਾਂ ਪਏ ਦਾ ਉਹ ਦੇਖਨ ਆਪਣੇ ਸਕੂਲਾਂ ਦੇ ਬੱਚਿਆਂ ਦੀ ਫੀਸ ਦੇਣ ਘਰ ਦਾ ਕਿਰਾਇਆ ਦੇਣ ਬਿਜਲੀ ਦਾ ਕਿਰਾਇਆ ਦੇਣ ਪਾਣੀ ਦਾ ਕਿਰਾਇਆ ਦੇਣ ਜਾਂ ਫਿਰ ਆਪਣੀ ਦੁਕਾਨਾਂ ਦਾ ਕਿਰਾਇਆ ਦੇਣ ਤੇ ਇੱਕ ਹੋਰ ਬਰڈن ਤੁਸੀਂ ਪਾਤਾ ਕਿ ਭਈ ਤੁਸੀਂ ਲੇਟ ਫੀਸ ਵੀ ਦਿਓ 5-500 ਰੁਪਿਆ ਪਰ ਮਹੀਨੇ ਲੇਟ ਫੀਸ ਦੇਣੀ ਹੈ ਓਨ ਕਸੂਰ ਡਿਪਾਰਟਮੈਂਟ ਦਾ ਲੇਕਿਨ ਆਮ ਆਦਮੀ ਸਫਰੋ ਆਦਾ ਜਨਵਰੀ ਤੋਂ ਲਈਏ ਦਸੰਬਰ ਤੱਕ ਦਿਓ ਜੀ ਫੀਸ ਤੁਹਾਡੀ 5 ਸਾਲ ਉਮਰ ਵੀ ਵਧੀ ਜਾਣੀ ਹੈ ਗੱਡੀ ਦੀ ਤੇ ਸਾਲ ਦਾ ਜਿਹੜਾ ਰੈਵਨਿਊ ਉਹ ਡਿਪਾਰਟਮੈਂਟ ਵੀ ਇਕੱਠਾ ਕਰ ਲਾਂ ਉਹਨ ਭਾਈ ਅਗਰ ਡਿਪਾਰਟਮੈਂਟ ਲਾਹਸ ਵਿੱਚ ਜਾਦਾ ਹੈ ਜਾਂ ਫਿਰ ਸਰਕਾਰ ਦੇ ਖਜ਼ਾਨੇ 'ਚ ਪੈਸਾ ਘਟਾ ਹੈ ਤੇ ਤੁਸ ਕੇ ਲੋਕਾਂ ਕੋਲੋਂ ਖਸੂ ਹੈ ਲੋਕੇ ਲੋਕੇ ਦੀ ਜੇਬਾਂ 'ਚੋਂ ਪੈਸਾ ਕੱਢਣੇ ਜਾਂ ਲੋਕਾਂ 'ਗੇ ਠਗਣਾ ਹੈ ਆਲਰੇਡੀ 4G ਦਾ ਵੀ ਤੁਸ ਇਹੋ ਕੰਮ ਤੁਸੀਂ ਕਰਾ ਦਿਓ 2G ਦੀ ਸਰਵਿਸ ਦੇ ਆ ਦਿਓ 4G ਤੇ ਪਾਹੇ ਖਿੱਚਾ ਦਿਓ ਤੇ ਹੁਣ ਮੋਟਰ ਵਹੀਕਲ ਡਿਪਾਰਟਮੈਂਟ ਵੀ ਤੁਸੀਂ ਇਸ ਤਰ੍ਹਾਂ ਕਰਕੇ ਆਲਰੇਡੀ ਲੋਕ ਵੀ ਬੜੇ ਪਰੇਸ਼ਾਨ ਹਨ ਰੋਜ਼ਾਨਾ ਫੋਨ ਵੀ ਕਰਦੇ ਨੇ ਕਿ ਭਾਈ ਦੱਸੋ ਇਹਦਾ ਕੀ ਹਾਲ ਹੈ ਲੇਕਿਨ ਡਿਪਾਰਟਮੈਂਟ ਵਾਲੇ ਵੀ ਆਖਾ ਦੇ ਨਾ ਕਰਾ ਨਹੀਂ ਕਰਾਓ 5 ਸਾਲ ਬਧਾ ਨਹੀਂ ਹੈ ਨਹੀਂ ਤੇ ਚਾਓ ਆਪਣਾ ਕੰਮ ਕਰੋ ਲੋਕ ਵੀ ਸੋਚਦੇ ਨੇ ਚਲੋ ਜੀ ਸਾਡੀ ਗੱਡੀ ਦੀ 5 ਸਾਲ ਉਮਰ ਵਧਾ ਜਾ ਕੇ ਦਿਓ 5-500 ਰੁਪਿਆ ਮਹੀਨੇ ਦਾ ਲੇਕਿਨ ਆਖਿਰਕਾਰ ਇਹ ਕਸੂਰ ਲੋਕਾਂ ਦਾ ਨਹੀਂ ਹੈ ਇਹ ਕਸੂਰ ਡਿਪਾਰਟਮੈਂਟ ਦਾ ਹੈ जिंदे पासियां ऑर्डर लेट कडया गया अगर लेट कडया गया तो डिपार्टमेंट आपे के जिम्मेवार है लोग जिम्मेवार नहीं है ये मेरा एक छोटा सा वीडियो ही जिदे ਲਈ ਅੱਜ ਮੋਟਰ ਵਹੀਕਲ ਡਿਪਾਰਟਮੈਂਟ ਦੀ ਗੱਲਬਾਤ ਕੀਤੀ ਤੁਸੀਂ ਅਗਰ ਮੇਰੀ ਇਸ ਗੱਲਬਾਤ ਨਾਲ ਸਹਿਮਤ ਹੋ ਤੇ ਆਪਣੀ رائے ਰੱਖੋ ਕਮੈਂਟ ਬਾਕਸ ਉੱਪਰ ਅچھے ਸ਼ਬਦਾਂ ਚ ਰੱਖਿਓ ਔਰ ਇਹ ਜਿਹੜੇ ਲੋਕ ਕਈ ਖਰਾਬ ਸ਼ਬਦ ਵੀ ਰਖਦੇ ਨੇ ਉਹਦੇ ਲਈ ਮੇ ਇੱਕੋ ਜਵਾਬ ਹੈ ਮੇਰਾ ਕਿ ਸੋਚੀ ਸਮਝੀਏ ਲਿਖਿਆ ਕਰੋ ਪੜਨ ਵਾਲੇ ਤੁਹਾਡੇ ਦੇ ਪਰਿਵਾਰ ਵਾਲੇ ਹੁੰਦੇ ਨੇ ਤੇ ਤੁਹਾਡੀ ਫੋਟੋ ਵੀ ਸਾਹਮਣੇ ਆਂਦੀ ਹੈ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕੀ ਲਿਖਾਦੇ ਹੋ ਔਰ ਤੁਹਾਡੀ ਕੀ ਸ਼ਬਦਨ ਦੂਈ ਚੀਜ਼ ਅੱਜ ਬੜਾ ਗੇ ਇੰਪੋਰਟੈਂਟ ਦਿਨ ਹੀ ਅੱਜ ਕੇ ਦਿਨ ਕੀ ਵਿਜੇ ਦਿਵਸ ਕਹਿੰਦੇ ਨੇ ਅੱਜ ਵਿਜੇ ਦਿਵਸ ਆ ਗਲਾਇਆ ਜਾਂਦਾ ਹੈ ਕਿ ਅੱਜ ਦੇ ਦਿਨ ਸਾਡੀ ਜਿਹੜੀ ਭਾਰਤੀ ਸੈਨਾ ਹੈ ਇਹਨੇ ਪਾਕਿਸਤਾਨ ਦੀ ਸੈਨਾ ਕੀ ਘुटਨੇ ਉੱਪਰ ਲੈ ਦਿੱਤਾ ਸੀ ਤੇ 92 ਹਜ਼ਾਰ ਪਾਕਿਸਤਾਨੀ ਜਿਹੜੇ ਆਰਮੀ ਦੇ ਸੈਨਿਕ ਹੀ ਉਹ ਸਾਰੇ ਸਰੈਂਡਰ ਕੀਤੇ ਸੇ ਤੇ ਇੱਕ ਫੋਟੋ ਆਂਦੀ ਹੈ ਨਾ ਸਾਡੇ ਜਰਨਲ ਸਾਹਿਬ ਬੈਠੇ ਨੇ ਤੇ ਪਾਕਿਸਤਾਨੀ ਜਰਨਲ ਸਾਈਨ ਕਰਾ ਦੇਣ ਤੇ ਅੱਜ ਦੇ ਦਿਨ ਕਿ ਬੰਗਲਾਦੇਸ਼ ਦਾ ਜਨਮ ਹੋਇਆ ਸੀ ਤੇ ਪਾਕਿਸਤਾਨ ਨੇ ਘੁਟਨੇ ਟੇਕੇ ਹੈ ਅੱਜ ਦੇ ਦਿਨ ਤੇ ਅੱਜ ਵਿਜੇ ਦਿਵਸ ਹੈ ਸਾਰਿਆਂ ਦੀ ਵਿਜੇ ਦਿਵਸ ਦੀ ਮੁਬਾਰਕਾਂ ਤੇ ਕਈ ਲੋਕ ਜਿਹੜੇ ਆਤੰਕਵਾਦੀ ਦੇਸ਼ ਪਾਕਿਸਤਾਨ ਤੇ ਆਤੰਕਵਾਦੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕ ਹਨ ਉਹਨਾਂ ਦੇ ਲਈ ਇੱਕ ਛੋਟਾ ਜਿਹਾ ਸੰਦੇਸ਼ ਹੈ ਕਿ ਉਹ ਤਸਵੀਰ ਵੀ ਦੇਖੀ ਲਿਓ ਜਦੋਂ ਪਾਕਿਸਤਾਨੀਆਂ ਨੇ ਘੁਟਨੇ ਟੇਕੇ ਤੇ ਪਤਾ ਕਿ ਆਗੇ ਮੈਂ ਕੀ ਗਲਾਣਾ ਚਾਹਨਾ ਸਮਝੀ ਗਏ ਹੋਣੇ ਤੁਸੀਂ ਕਿਉਂਕਿ ਸਾਡਾ ਦੇਸ਼ ਸਾਡੀ ਆਰਮੀ ਸਾਡੀ ਨੌ ਸੈਨਾ ਤੇ ਸਾਡੀ 에ਅਰ ਫੋਰਸ ਜਿੰਨੀ ਕਾਬਿਲ ਹੈ ਤੁਸੀਂ ਜਾਣਦੇ ਹੋ ਤੇ ਅਗਰ ਇੱਕ ਵਾਰੀ ਪਾਕਿਸਤਾਨ ਕੀ ਬਾਰ ਬਾਰ ਘੁਟਨੇ ਤੇ ਲਿਆਈ ਸਕਦੀ ਹੈ ਤੇ ਅੱਜ ਵੀ ਦਿਨ ਦੂਰ ਨਹੀਂ ਹੈ ਕਿ ਅਗਰ ਪਾਕਿਸਤਾਨ ਕੀ ਇੱਕ ਵਾਰ ਪਰਤੀਏ ਘੁਟਨੇ ਉਪਰ ਲਿਆਣਾ ਹੈ ਤੇ ਭਾਰਤੀ ਸੈਨਾ ਸਖਸ਼ਮ ਹੈ ਤੇ ਅੱਜ ਦੇ ਦਿਨ ਦੀ ਸਾਰੇ ਕੀ ਬੜੀ ਬੜੀ ਸ਼ੁਭਕਾਮਨਾ ਹੈ ਅੱਜ ਵਿਜੇ ਦਿਵਸ ਅੱਜ ਦੇ ਦਿਨ 92 ਹਜ਼ਾਰ ਪਾਕਿਸਤਾਨੀ ਸੈਨਿਕੇ ਕੀ ਘੁਟਨੇ ਉੱਪਰ ਲਿਆਂਦਾ ਹੈ ਸਾਡੀ ਭਾਰਤੀ ਸਰਕਾਰ ਭਾਰਤੀ ਸੈਨਾ ਨੇ ਇੱਕ ਵਾਰ ਪਰਤੀਏ ਸਾਡੀ ਭਾਰਤੀ ਸੈਨਾ ਦੀ ਮੁਬਾਰਕਬਾਦ ਜੈ ਹਿੰਦ ਤੇ ਤੁਸ ਲੋਕ ਦੇਖਦੇ ਰਹੋ ਜੇ ਕਿ ਮੀਡੀਆ ਆਪਣਾ ਧਿਆਨ ਰੱਖੋ ਪਰਿਵਾਰ ਦਾ ਧਿਆਨ ਰੱਖੋ ਤੇ ਮਾਤਾ ਪਿਤਾ ਦਾ ਆਦਰ ਸਤਿਕਾਰ ਕਰੋ ਤੇ ਫਿਲਹਾਲ ਆਸ਼ੀਸ਼ ਕੋਲੀ ਕਹ ਰਹਾ ਮੈਂ ਅਸ਼ੋਕ ਚਲੋ ਉਤਰਾਂ ਦੇ ਕਰਨੇ ਜੇ ਕੇ ਮੀਡੀਆ ਲਈ ਧੰਨਵਾਦ ਸ਼ੁਭ ਰਾਤਰੀ ਜੈ ਸੀ ਆਰ ਏ